ਅਸਲਾਮ ਵਾਲੇਕਮ ਦੋਸਤੋ। ਤੋ ਦੋਸਤੋ ਵਾਸਤੇ ਅੱਜ ਨਾ ਫਿਰ ਚਾਰ ਜਾਨਵਰਾਂ ਦੀ ਲਾਟ ਲੈ ਕੇ ਆਇਆ ਦੋਸਤੋ ਵਾਸਤੇ। ਬਹੁਤ ਹੀ ਮਾਸ਼ਾਅੱਲਾ ਪਿਆਰੇ ਜਾਨਵਰ ਔਰ ਮੁਨਾਸਿਬ ਕੀਮਤਾਂ ਦੇ ਜਾਨਵਰ ਲੈ ਕੇ ਆਇਆ ਦੋਸਤੋ ਵਾਸਤੇ। ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਣਾ ਤੁਹਾਨੂੰ, ਤਾਂ ਕਿ ਇਹਨਾਂ ਦੀ ਤਸੱਲੀ ਨਾਲ ਏਜ ਵੀ ਦੱਸਣੀ ਹੈ ਔਰ ਜਨਾਬ ਇਹਨਾਂ ਦੀ ਕੀਮਤਾਂ ਵੀ ਦੱਸਣੀਆਂ ਨੇ। ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਣਾ ਦੋਸਤੋ। ਪਹਿਲਾਂ ਗੁਜ਼ਾਰਿਸ਼ ਹੈ ਕਿ ਜਿਹਨਾਂ ਦੋਸਤਾਂ ਮੇਰੇ ਚੈਨਲ ਗਿਲਾਨੀ ਗੋਟ ਫਾਰਮ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ, ਨਾਲ ਘੰਟੀ ਵੀ ਦਬਾਓ ਤਾਂ ਕਿ ਇਸ ਤਰ੍ਹਾਂ ਦੀ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਤਾਂ ਜਨਾਬ ਚਾਰ ਜਾਨਵਰਾਂ ਦੀ ਲਾਟ ਹੈ ਤਾਂ ਬਹੁਤ ਹੀ ਮਾਸ਼ਾਅੱਲਾ ਪਿਆਰੇ ਨਕੋੜੇ ਫੇਸਾਂ ਵਾਲੇ ਜਨਾਬ ਜਾਨਵਰ ਨੇ ਪਾਇਆ। ਇੱਕ ਇੱਕ ਕਰਕੇ ਤਸੱਲੀ ਨਾਲ ਜਾਨਵਰ ਚੈੱਕ ਕਰਨੇ ਆ। ਪਹਿਲੇ ਨੰਬਰ 'ਤੇ ਜਨਾਬ ਤੁਹਾਨੂੰ ਇਹ ਜਾਨਵਰ ਚੈੱਕ ਕਰਾ ਦਈਏ। ਮਾਸ਼ਾਅੱਲਾ ਬਿਲਕੁਲ ਹੀ ਤੋਤਾ ਫੇਸ ਦੇ ਵਿੱਚ ਜਨਾਬ, ਬਿਲਕੁਲ ਹੀ ਬੈਕ ਸਿੰਘ ਚਿੱਟੇ ਸਿੰਘ ਨੇ ਜਨਾਬ, ਅਤੇ ਤੋਤਾ ਫੇਸ ਦੇ ਵਿੱਚ ਜਾਲਰ ਛੱਡ ਦੇ। ਇਹ ਜਨਾਬ ਚੈੱਕ ਕਰੋ ਮੂਰਕ, ਇਹ ਜਨਾਬ ਚੈੱਕ ਕਰੋ, ਬਿਲਕੁਲ ਹੀ ਜਨਾਬ ਤੋਤਾ ਫੇਸ ਦੇ ਵਿੱਚ। ਕੰਨਾਂ ਦੀ ਲੈਂਥ ਵੀ ਬਿਹਤਰੀਨ ਔਰ ਜਨਾਬ ਡਬਲ ਹੱਡੀ ਦਾ ਜਨਾਬ ਜਾਨਵਰ ਇਹ ਚੈੱਕ ਕਰ ਸਕਦੇ ਨੇ। ਸਿੱਧੀ ਦੁੰਬ ਦੇ ਵਿੱਚ ਬਿਹਤਰੀਨ ਜਨਾਬ ਮੋਟੀ ਲੱਤ ਦਾ ਜਨਾਬ ਜਾਨਵਰ ਹੈ। ਜਿੰਨੀ ਵੀ ਤਾਰੀਫ ਕਰੋ ਉਨੀ ਵੀ ਕੰਮ ਹੈ। ਅਤੇ ਦੋਸਤਾਂ ਵਾਸਤੇ ਜਦੋਂ ਵੀ ਲੈ ਕੇ ਆਉਂਦੇ ਹਾਂ ਜਨਾਬ, ਚੰਗੇ ਤੋਂ ਚੰਗਾ ਜਾਨਵਰ ਲੈ ਕੇ ਆਉਂਦੇ ਹਾਂ ਦੋਸਤਾਂ ਵਾਸਤੇ ਔਰ ਅੱਛੇ ਤੋਂ ਅੱਛਾ ਅਤੇ ਮੁਨਾਸਿਬ ਤੋਂ ਮੁਨਾਸਿਬ ਜਨਾਬ ਲੈ ਕੇ ਆਉਂਦੇ ਹਾਂ। ਮੂੰਹ ਚੈੱਕ ਕਰਾਂ ਤਸੱਲੀ ਨਾਲ ਜਨਾਬ, ਹਰ ਸਾਰੀ ਡਿਟੇਲ ਦਿੰਦੇ ਹਾਂ ਜਨਾਬ। ਇਹ 8 ਤੋਂ 9 ਮਹੀਨੇ ਉਮਰ ਹੈ ਜਨਾਬ, 8 ਤੋਂ 9 ਮਹੀਨੇ ਜਨਾਬ ਕਨਫਰਮ ਉਮਰੇ ਪਈ। ਮੂੰਹ ਤੁਹਾਨੂੰ ਚੈੱਕ ਕਰਾ ਦਿੱਤਾ ਤਸੱਲੀ ਨਾਲ, ਹੁਣ ਚਲਾ ਫਿਰਾ ਕੇ ਵੀ ਚੈੱਕ ਕਰਨੇ ਔਰ ਹਰ ਇੱਕ ਦੀ ਅਲੱਗ ਅਲੱਗ ਕੀਮਤ ਤੁਹਾਨੂੰ ਦੱਸਣੀ ਹੈ। ਛੱਡ ਦੇ, ਇਹ ਜਨਾਬ ਚੈੱਕ ਕਰੋ, ਚੱਲ ਤੋ ਇਹ ਜਨਾਬ ਚਲਾ ਫਿਰਾ ਕੇ ਚੈੱਕ ਕਰਾ ਦੇਵੇ ਜਨਾਬ। ਨਸਦਾ ਜਾਨਵਰ ਇਹ ਜਨਾਬ ਚੈੱਕ ਕਰੋ, ਸਾਫ਼ ਸੁਥਰੀਆਂ ਚੀਜ਼ਾਂ, ਨੋਕ ਸਾਹਿਬ ਦੀ ਸਾਡੀ ਜਨਾਬ ਗਰੰਟੀ ਹੋ ਸੀ। ਬਿਹਤਰੀਨ ਜਨਾਬ ਕੁਆਲਿਟੀ ਵਾਲੇ ਜਾਨਵਰ ਨੇ ਇਹ ਚੈੱਕ ਕਰ ਸਕਦੇ ਨੇ। ਦੂਸਰੇ ਤੁਹਾਨੂੰ ਚੈੱਕ ਕਰੀ ਨੇ ਇਹਦੀ ਕੀਮਤ ਵੀ ਨਾਲ ਦੇ ਨਾਲ ਦੱਸ ਦੇਵੀਏ ਦੋਸਤਾਂ ਨੂੰ ਜਨਾਬ। ਕੋਈ ਜਨਾਬ 50-55 ਹਜ਼ਾਰ ਨਹੀਂ, ਇਹੋ ਜਿਹਾ ਜਾਨਵਰ ਦਾ ਕਿਸੇ ਫਾਰਮ 'ਤੇ ਖਲੋਤਾ ਹੋਵੇ ਤਾਂ ਜਨਾਬ 60 ਤੋਂ 70 ਹਜ਼ਾਰ ਰੁਪਇਆ ਡਿਮਾਂਡ ਕਰ ਸਕ। ਲੇਕਿਨ ਜਨਾਬ ਇਹ ਗਿਲਾਨੀ ਗੋਟ ਫਾਰਮ 'ਤੇ ਤੁਹਾਨੂੰ ਜਨਾਬ 45 ਹਜ਼ਾਰ ਰੁਪਇਆ ਦਾ ਮਿਲਸੀ, ਬਿਲਕੁਲ ਹੀ ਮੁਨਾਸਿਬ ਕੀਮਤ ਦੇ ਵਿੱਚ। ਹੋਰ ਵੀ ਪਿਆਰ ਮੁਹੱਬਤ ਹੋ ਜਾਸੀ ਥੋੜ੍ਹੀ ਬਹੁਤ, ਇਹ ਨਹੀਂ ਕਿ ਜਨਾਬ ਇਹ ਫਾਈਨਲ ਰੇਟ ਨੇ, ਅਤੇ ਥੋੜ੍ਹੀ ਬਹੁਤ ਪਿਆਰ ਮੁਹੱਬਤ ਹੋ ਜਾਸੀ। ਅਤੇ ਜਨਾਬ ਇਹ ਦੂਸਰੇ ਨੰਬਰ 'ਤੇ ਆ ਗਿਆ ਮਾਸ਼ਾਅੱਲਾ ਪੀਲਾ ਮੱਖੀ ਜੀਨਾ, ਪਿਓਰ ਮਦਰਸੇ ਦਾ ਕਲਰ ਜਿੰਨਾ ਪੀਲਾ ਮੱਖੀ ਜੀਨਾ। ਨਕੋੜਾ ਫੇਸ ਵੀ ਤੁਹਾਨੂੰ ਚੈੱਕ ਕਰਨੇ ਆ ਔਰ ਇਹਦੀ ਉਮਰ ਵੀ ਚੈੱਕ ਕਰਨੇ ਔਰ ਚਲਾ ਫਿਰਾ ਕੇ ਵੀ ਚੈੱਕ ਕਰਾ ਕੇ ਦੋਸਤਾਂ ਨੂੰ ਕੀਮਤ ਵੀ ਦੱਸਣੇ ਆ। ਇਹ ਜਨਾਬ ਚੈੱਕ ਕਰੋ, ਡਬਲ ਹੱਡੀ ਦਾ ਜਨਾਬ ਜਾਨਵਰ ਹੈ, ਡਬਲ ਫਰੇਮ ਦੇ ਵਿੱਚ, ਚੌੜੇ ਸੀਨੇ ਦੇ ਵਿੱਚ ਇਹ ਜਨਾਬ ਚੈੱਕ ਕਰ ਸਕਦੇ ਨੇ। ਚੌੜੇ ਸੀਨੇ ਦੇ ਵਿੱਚ ਚੰਗੀ ਲੈਂਥ ਦਾ ਜਨਾਬ ਜਾਨਵਰ ਹੈ, ਇਹਦੀ ਮੂੰਹ ਚੈੱਕ ਕਰਾ। ਅਤੇ ਸਫੈਦ ਅੱਖ ਦਾ ਜਨਾਬ ਜਾਨਵਰ ਨੇ, 2022 ਦੀ ਕੁਰਬਾਨੀ ਵਾਸਤੇ ਬੈਸਟ ਜਾਨਵਰ ਨੇ। 10 ਤੋਂ 11 ਮਹੀਨੇ ਇਹ ਇਹਦੀ 10 ਤੋਂ 11 ਮਹੀਨੇ ਛੱਡ ਦੇ। ਇਹ ਜਨਾਬ ਚੈੱਕ ਕਰੋ, ਮੋਟੀ ਲਾਤਾ ਜਾਨਵਰ, ਚੰਗਾ ਵਜ਼ਨ ਚੱਕਣ ਵਾਲਾ ਜਾਨਵਰ ਹੈ ਪਿਆ। ਪੂੰਛ ਤੁਸੀਂ ਚੈੱਕ ਕਰ ਸਕਦੇ ਨੇ, ਸਿੱਧੀ ਪੂੰਛ ਦੇ ਵਿੱਚ ਜਨਾਬ, ਇੰਚ ਛੱਡ ਦੇ। ਇਹ ਜਨਾਬ ਚੈੱਕ, ਛੱਡ ਦੇ ਛੱਡ ਦੇ। ਇਹ ਜਨਾਬ ਚੈੱਕ ਕਰੋ, ਸਾਫ਼ ਸੁਥਰੀਆਂ ਚੀਜ਼ਾਂ ਨੇ। ਇਹ ਜਨਾਬ ਚੈੱਕ ਕਰੋ, ਬਹੁਤ ਹੀ ਮਾਸ਼ਾਅੱਲਾ ਪਿਆਰੀ ਚੀਜ਼ ਹੈ ਇਹ ਜਨਾਬ, ਸਾਫ਼ ਸੁਥਰੀਆਂ ਚੀਜ਼ਾਂ ਜਨਾਬ। ਅਤੇ ਨਕੋੜਾ ਫੇਸ ਮਾਸ਼ਾਅੱਲਾ ਚੈੱਕ ਕਰੋ, ਬਿਹਤਰੀਨ ਚੰਗੇ ਨਕੋੜੇ ਫੇਸ ਦੇ ਵਿੱਚ, ਜਾਲਰ ਵੀ ਮਾਸ਼ਾਅੱਲਾ ਚੈੱਕ ਕਰ ਸਕਦੇ ਨੇ, ਬਿਹਤਰੀਨ ਜਨਾਬ ਜਾਲਰ। ਅਤੇ ਬਿਲਕੁਲ ਹੀ ਮੁਨਾਸਿਬ ਕੀਮਤ ਹੈ। ਕੋਈ ਜਨਾਬ ਚਾਰਾਂ ਦੀ ਵੀ ਕੀਮਤ ਤੁਹਾਨੂੰ ਇਕੱਠਾਂ ਦੀ ਵੀ ਦੱਸਦੇ ਹਾਂ। ਚਾਰੇ ਅਗਰ ਕੋਈ ਇਕੱਠੇ ਦੇ ਇਕੱਠੇ ਖਰੀਦਣਾ ਚਾਹੇ ਤਾਂ ਬਿਲਕੁਲ ਹੀ ਮੁਨਾਸਿਬ ਚਾਰੇ ਤੁਹਾਨੂੰ ਦੇਵਾਂਗੇ। ਬਾਕੀ ਇਕੱਲੇ ਇਕੱਲੇ ਦਾ ਰੇਟ ਦੱਸ ਦੇਵੀ, ਇਕੱਲਾ ਇਕੱਲਾ ਇਸ ਤਰ੍ਹਾਂ ਰੇਟ ਹੈ। ਇਹ ਜਨਾਬ ਫਾਈਨਲ, ਕੋਈ ਜਨਾਬ 45-50 ਨਹੀਂ, ਇਹ 42 ਹਜ਼ਾਰ ਰੁਪਏ ਦਾ ਫਾਈਨਲ ਹੋ ਜਾਸੀ। ਬਾਕੀ ਦੋਸਤੋ ਦੂਸਰੇ ਜਾਨਵਰ ਚੈੱਕ ਕਰੀਨੇ ਔਰ ਉਹਨਾਂ ਦੇ ਵੀ ਰੇਟ ਦੱਸਣੇ। ਅਤੇ ਜਨਾਬ ਤੀਸਰੇ ਨੰਬਰ 'ਤੇ ਆ ਗਿਆ ਮਾਸ਼ਾਅੱਲਾ, ਬਿਲਕੁਲ ਹੀ ਬੈਕ ਸਿੰਘ ਚਿੱਟੇ ਸਿੰਘ ਨੇ ਜਨਾਬ, ਚੰਗੇ ਨਕੋੜੇ ਫੇਸ ਦੇ ਵਿੱਚ ਇਹ ਚੈੱਕ ਕਰ ਸਕਦੇ ਨੇ। ਬਿਹਤਰੀਨ ਜਨਾਬ ਨਕੋੜੇ ਫੇਸ ਦੇ ਵਿੱਚ ਨੇ ਅਤੇ ਬਿਲਕੁਲ ਹੀ ਜਨਾਬ ਮੁਨਾਸਿਬ ਕੀਮਤ ਆ ਜਨਾਬ ਜਾਨਵਰ ਇਹ ਚੈੱਕ ਕਰ ਸਕਦੇ ਨੇ। ਮਾਸ਼ਾਅੱਲਾ ਬਹੁਤ ਹੀ ਮਾਸ਼ਾਅੱਲਾ ਪਿਆਰੀ ਚੀਜ਼ ਹੈ, ਨਕੋੜਾ ਫੇਸ ਦਾ ਚੈੱਕ ਕਰ ਸਕਦੇ ਨੇ ਔਰ ਬਿਹਤਰੀਨ ਜਨਾਬ ਬ੍ਰਾਂਡ ਦੇ ਵਿੱਚ ਇਹ ਚੈੱਕ ਕਰ ਸਕਦੇ ਨੇ। ਬਿਲਕੁਲ ਹੀ ਬੈਕ ਸਿੰਘ ਨੇ, ਚੰਗੀ ਲੈਂਥ ਦਾ ਜਨਾਬ ਜਾਨਵਰ ਹੈ ਔਰ ਲੱਤ ਵੀ ਤੁਸੀਂ ਚੈੱਕ ਕਰ ਸਕਦੇ ਨੇ, ਮੋਟੀ ਲੱਤ ਦਾ ਜਨਾਬ ਜਾਨਵਰ। ਚਲਾ ਫਿਰਾ ਕੇ ਦੋਸਤਾਂ ਨੂੰ ਚੈੱਕ ਕਰਨੇ ਆ ਔਰ ਇਹਦੀ ਕੀਮਤ ਵੀ ਦੱਸਣੇ ਆ ਔਰ ਫਿਰ ਚਾਰੇ ਚਲਾ ਫਿਰਾ ਕੇ ਚੈੱਕ ਕਰਾ ਕੇ ਫਿਰ ਤੁਹਾਨੂੰ ਚਾਰਾਂ ਦੀ ਵੀ ਕੀਮਤ ਦੱਸਣੇ ਆ। ਅਤੇ ਮੂੰਹ ਵੀ ਜਨਾਬ ਚੈੱਕ ਕਰਾ ਦੇਵੀਏ ਇਹਦਾ ਵੀ, ਇਹ 9 ਤੋਂ 10 ਮਹੀਨੇ ਜਨਾਬ ਉਮਰ ਹੈ, 9 ਤੋਂ 10 ਮਹੀਨੇ ਛੱਡ ਦੇ। ਇਹ ਜਨਾਬ ਚੈੱਕ ਕਰੋ, ਬਹੁਤ ਹੀ ਮਾਸ਼ਾਅੱਲਾ ਪਿਆਰੀ ਚੀਜ਼ ਹੈ, ਇਹ ਚੈੱਕ ਕਰ, ਸਾਫ਼ ਸੁਥਰੀ ਚੀਜ਼ ਜਨਾਬ, ਗਿਲਾਨੀ ਗੋਟ ਫਾਰਮ ਤੋਂ ਤੁਹਾਨੂੰ ਮਿਲ ਸੀ ਇਨਸ਼ਾਅੱਲਾ ਤਾਲਾ। ਇਹ ਜਨਾਬ ਚੈੱਕ ਕਰੋ, ਬਹੁਤ ਹੀ ਮਾਸ਼ਾਅੱਲਾ ਪਿਆਰੀ ਚੀਜ਼ ਹੈ ਭਾਈ, ਚੰਗੇ ਬ੍ਰਾਂਡ ਦੇ ਵਿੱਚ ਜਨਾਬ ਜਾਨਵਰ ਹੈ ਪਿਆ। ਇਹਦੀ ਕੀਮਤ ਵੀ ਦੱਸ ਦੇਵੀਏ ਫਿਰ ਜਨਾਬ, ਦੂਸਰੇ ਦੀ ਵੀ ਕੀਮਤ ਤੁਹਾਨੂੰ ਦੱਸਣੇ ਆ ਫਿਰ ਚਾਰਾਂ ਦੀ ਵੀ ਦੱਸਣੇ ਆ। ਇਹ ਜਨਾਬ ਕੋਈ ਜਨਾਬ ਇਹਦਾ ਵੀ 45-50 ਨਹੀਂ, 42 ਹਜ਼ਾਰ ਰੁਪਏ ਦਾ ਜਾਨਵਰ ਲੱਗ ਗਿਆ ਸੀ, 42 ਹਜ਼ਾਰ ਰੁਪਏ ਦੇ ਵਿੱਚ। ਅੱਜ ਕੋਈ ਜਨਾਬ ਜ਼ਿਆਦਾ ਰੇਟ ਨਹੀਂ ਨੇ, ਬਿਲਕੁਲ ਹੀ ਮੁਨਾਸਿਬ ਰੇਟ ਨੇ। ਥੋੜ੍ਹੀ ਬਹੁਤ ਪਿਆਰ ਮੁਹੱਬਤ ਹੋ ਜਾਸੀ, ਇਹ ਨਹੀਂ ਕਿ ਜ਼ਿਆਦਾ ਪਿਆਰ ਮੁਹੱਬਤ, ਥੋੜ੍ਹੀ ਬਹੁਤ ਹੋ ਜਾਸੀ, ਜ਼ਿਆਦਾ ਨਹੀਂ ਆਉਣੀ ਕਿ ਫਾਈਨਲ ਰੇਟ ਨਹੀਂ ਨੇ। ਅਤੇ ਜਨਾਬ ਇਹ ਲਾਸਟ ਨੰਬਰ 'ਤੇ ਆ ਗਿਆ, ਇਹ ਸਫੈਦ ਤਲ ਦਾ ਜਨਾਬ ਜਾਨਵਰ ਹੈ ਪਿਆ, ਸਫੈਦ ਜਾਨਵਰ, ਲਾਲ ਕੰਨਾਂ ਦੇ ਵਿੱਚ, ਚੰਗੇ ਨਕੋੜੇ ਫੇਸ ਦੇ ਵਿੱਚ ਅਤੇ ਬਿਲਕੁਲ ਹੀ ਬੈਕ ਸਿੰਘ ਨੇ, ਲੈਂਥ ਤੁਹਾਡੀ ਅੱਖਾਂ ਦੇ ਸਾਹਮਣੇ, ਚੰਗੀ ਲੈਂਥ ਦਾ ਜਨਾਬ ਜਾਨਵਰ ਹੈ ਪਿਆ, ਇਹ ਚੈੱਕ ਕਰ ਸਕਦੇ ਨੇ। ਬਹੁਤ ਹੀ ਮਾਸ਼ਾਅੱਲਾ ਪਿਆਰਾ ਪ੍ਰਿੰਟ ਹੈ ਔਰ ਬਿਲਕੁਲ ਹੀ ਮੁਨਾਸਿਬ ਕੀਮਤ ਆ ਜਨਾਬ ਜਾਨਵਰ, ਇਹ ਚੈੱਕ ਕਰਾਂ।
ਇਹ ਵੀ ਜਨਾਬ 9 ਤੋਂ 10 ਮਹੀਨੇ ਉਮਰ ਹੈ, 9 ਤੋਂ 10 ਮਹੀਨੇ ਕਨਫਰਮ ਜਨਾਬ ਖੀਰੇ ਜਾਨਵਰ ਨੇ, ਸਾਰੇ ਦੇ ਸਾਰੇ ਇਹ ਜਨਾਬ ਚੈੱਕ ਕਰ ਸਕਦੇ ਨੇ। ਹਰ ਵੀਡੀਓ ਦੇ ਵਿੱਚ ਜਨਾਬ ਮੂੰਹ ਚੈੱਕ ਕਰਨੇ ਆ, ਹਰ ਇੱਕ ਅਲੱਗ ਕੀਮਤ ਦੱਸਣੇ ਆ। ਜਨਾਬ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕੀਤਾ ਕਰੋ, ਕਿਉਂਕਿ ਬਹੁਤ ਮਿਹਨਤ ਨਾਲ ਜਨਾਬ ਵੀਡੀਓ ਬਣਦੀ ਹੈ। ਸੌਦਾ ਲੈਣਾ ਦੇਣਾ ਮੁਕਦਰਾਂ ਦੀ ਗੱਲ ਹੈ, ਰੇਟ ਸਮਝ 'ਚ ਆਵੇ ਤਾਂ ਖਰੀਦੋ, ਨਾ ਸਮਝ 'ਚ ਆਵੇ ਤਾਂ ਕੋਈ ਮਸਲਾ ਨਹੀਂ ਜਨਾਬ, ਵੀਰ ਹੋ ਸਾਡੇ ਤੁਸੀਂ। ਬਾਕੀ ਜਨਾਬ ਜਾਨਵਰ ਤੁਹਾਨੂੰ ਚੈੱਕ ਕਰਾ ਦੇ ਵੀ ਤਸੱਲੀ ਨਾਲ ਛੱਡ ਦੇ। ਇਹ ਜਨਾਬ ਚੈੱਕ, ਬਹੁਤ ਹੀ ਮਾਸ਼ਾਅੱਲਾ ਪਿਆਰੀ ਚੀਜ਼ ਹੈ, ਲੈਂਥ ਵਾਲੀ ਚੀਜ਼ ਹੈ ਭਾਈ। ਹੁਣ ਚਾਰੇ ਛੱਡ ਕੇ ਚੈੱਕ ਕਰਨੇ ਆ, ਇਹਦਾ ਵੀ ਰੇਟ ਜਨਾਬ 42,000 ਹੈ, ਕੋਈ ਵੀ 45,000 ਨਹੀਂ, 50 ਨਹੀਂ, ਇਹ ਜਨਾਬ 42,000 ਪੈਦਾ ਲੱਗ ਸੀ। ਹੁਣ ਚਾਰੇ ਚੈੱਕ ਕਰਨੇ ਆ, ਔਰ ਚਾਰਾਂ ਦੀ ਕੀਮਤ ਤੁਹਾਨੂੰ ਦੱਸਣੀ, ਅਗਰ ਕੋਈ ਇਕੱਠੇ ਦੇ ਇਕੱਠੇ ਖਰੀਦਣਾ ਚਾਹੇ ਤਾਂ ਬਿਲਕੁਲ ਹੀ ਮੁਨਾਸਿਬ ਹੋ ਜਾਣਗੇ, ਛੱਡ ਦੇ। ਇਹ ਜਨਾਬ ਚੈੱਕ ਕਰੋ, ਬਹੁਤ ਹੀ ਮਾਸ਼ਾਅੱਲਾ ਪਿਆਰੀਆਂ ਚੀਜ਼ਾਂ ਨੇ, ਇਹ ਚੈੱਕ ਕਰਾ ਦਿੱਤੇ ਨੇ, ਚਾਰੇ ਦੇ ਚਾਰੇ ਜਨਾਬ ਤੁਹਾਨੂੰ ਚੈੱਕ ਕਰਾ ਰਹੇ ਹਾਂ। ਸਾਫ਼ ਸੁਥਰੀਆਂ ਚੀਜ਼ਾਂ ਜਨਾਬ ਗਿਲਾਨੀ ਗੋਟ ਫਾਰਮ ਤੋਂ ਤੁਹਾਨੂੰ ਮਿਲ ਸਕਣ, ਇਨਸ਼ਾਅੱਲਾ ਤਾਲਾ ਇਹ ਚੈੱਕ ਕਰ ਸਕਦੇ ਨੇ। ਅਤੇ ਜਨਾਬ ਇਹਨਾਂ ਦਾ ਰੇਟ ਦੱਸਦੇ ਜਾ ਵੀ, ਕੋਈ ਜਨਾਬ ਅਲੱਗ ਵੀ ਦੱਸ ਦਿੱਤਾ ਜਨਾਬ, ਅਗਰ ਕੋਈ ਚਾਰੇ ਦੇ ਚਾਰੇ ਇਕੱਠੇ ਖਰੀਦਣਾ ਚਾਹੇ ਤਾਂ ਪੂਰੇ 40,000 ਨੂੰ ਲੱਗ ਜਾ ਸਕਦੇ, ਅਗਰ ਕੋਈ ਚਾਰੇ ਦੇ ਚਾਰੇ ਇਕੱਠੇ ਖਰੀਦਣਾ ਚਾਹੇ ਤਾਂ ਬਿਲਕੁਲ ਹੀ ਮੁਨਾਸਿਬ ਰੇਟ ਹੈ। ਫਾਈਨਲ ਰੇਟ ਹੈ ਅਲੱਗ ਤੁਹਾਨੂੰ ਦੱਸੇ ਨੇ, ਜ਼ਿਆਦਾ ਰੇਟ ਹੈ। ਬਾਕੀ ਕੋਈ ਇਕੱਠੇ ਖਰੀਦ ਸੀ ਤਾਂ ਜਨਾਬ 40,000 ਨੂੰ ਮਿਲ ਜਾ ਸਕਣ। ਬਾਕੀ ਦੋਸਤੋ ਅੱਜ ਦੀ ਵੀਡੀਓ ਇਤਨੇ ਤੱਕ ਹੈ, ਵੀਡੀਓ ਪਸੰਦ ਆ ਤਾਂ ਵੀਡੀਓ ਨੂੰ ਲਾਈਕ ਕਰਨਾ, ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ, ਔਰ ਦੋਸਤੋ ਵੀ ਸ਼ੇਅਰ ਕਰਨਾ।